ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 31 ਮਈ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਮੀਦ ਕੀਤੀ ਜਾ ਰਹੀ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਪ੍ਰਭਾਵਿਤ ਕਰੇਗਾ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ 6 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਨਵੀਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ, ਜਿਸ ਕਾਰਨ ਕਈ ਰਾਜਾਂ ਵਿੱਚ ਮੀਂਹ ਅਤੇ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇੱਕ ਪੱਛਮੀ ਗੜਬੜੀ ਅਗਲੇ ਦਿਨਾਂ ਵਿੱਚ ਬਾਰਿਸ਼ ਦੀ ਵਜ੍ਹਾ ਬਣੇਗੀ। ਪੰਜਾਬ, ਹਿਮਾਚਲ, ਚੰਡੀਗੜ੍ਹ ਵਿੱਚ 1 ਜੂਨ ਤੋਂ ਮੌਸਮ ਬਦਲ ਸਕਦਾ ਹੈ। ਪੰਜਾਬ 'ਚ ਆਖਰੀ ਗੇਂਟ 'ਚ 1 ਜੂਨ ਨੂੰ ਵੋਟਾਂ ਪੈਣਗੀਆਂ, ਜਿਸ ਨੂੰ ਲੈ ਕੇ ਚੋਣ ਪ੍ਰਚਾਰ ਵੀ ਪੂਰੇ ਸਿਖਰਾਂ ਉੱਤੇ ਹੈ। ਹਰ ਇੱਕ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰਾਂ 'ਤੇ ਪ੍ਰਚਾਰ ਕਰ ਰਹੀ ਹੈ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ 'ਤੇ ਜਵਾਨੀ ਵਾਰ ਕੀਤੇ। ਸੁੱਖ ਵਿਲਾਸ ਦਾ ਜ਼ਿਕਰ ਕਰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਇੱਕ ਕਮਰੇ ਦਾ ਕਿਰਾਇਆ 1 ਦਿਨ ਦਾ 7 ਲੱਖ ਰੁਪਏ ਹੈ, ਜੋ ਸ਼ਾਇਦ ਕਦੇ ਕਿਸੇ ਗਰੀਬ ਨੇ ਜ਼ਿੰਦਗੀ ਵਿੱਚ ਵੀ ਨਾ ਦੇਖਿਆ ਹੋਵੇ। ਸੁੱਖ ਵਿਲਾਸ ਵਿੱਚ ਹਰ ਕਮਰੇ ਦੇ ਪਿੱਛੇ ਸਵੀਮਿੰਗ ਪੂਲ ਹੈ। ਹੁਣ ਜਲਦ ਵੋਟਾਂ ਤੋਂ ਬਾਅਦ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਦੇ ਪੇਪਰਾਂ ਦੀ ਇਨਕੁਆਇਰੀ ਹੋਵੇਗੀ ਅਤੇ ਇਸ ਵਿਲਾਸ ਨੂੰ ਸਰਕਾਰੀ ਸਕੂਲ ਵਿੱਚ ਤਬਦੀਲ ਕੀਤਾ ਜਾਵੇਗਾ। ਆਪ ਮੈਂ ਰੁਪਈਆ ਖਾਣਾ ਨਹੀਂ, ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਣੇ ਨਹੀਂ, ਉਹ ਤਾਂ ਕਢਾਊਂ, ਉਹ ਤਾਂ ਦੇਖਦੇ ਜਾਓ ਤੁਸੀਂ, ਕਢਾਊਂ ਪੈਸੇ। ਆਹ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ, 7-star ਹੋਟਲ ਸੁਖਬੀਰ ਬਾਦਲ ਨੇ, 10 ਸਾਲ ਵਾਸਤੇ ਬਿਜਲੀ ਫਰੀ, 10 ਸਾਲ ਵਾਸਤੇ GST ਫਰੀ ਟੈਕਸ, ਲਗਜ਼ਰੀ ਟੈਕਸ ਫਰੀ, ਸਟੇਟ ਦੀ GST ਫਰੀ, 1 ਅਰਬ ਤੋਂ ਉੱਤੋਂ ਦੀ ਸਬਸਿਡੀ, 1 ਅਰਬ। ਉਹ ਕੀ ਦਿੰਦਾ ਜੀ ਪੰਜਾਬ ਨੂੰ, ਪੰਜਾਬ ਨੂੰ ਕੀ ਦਿੰਦਾ ਬਈ ਉਹ ਸੁੱਖ ਵਿਲਾਸ? 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ, 7 ਲੱਖ ਇੱਕ ਰਾਤ ਦਾ। ਕੋਈ ਗਰੀਬ ਸ਼ਾਇਦ 7 ਲੱਖ ਸਾਰੀ ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ। 7 ਲੱਖ ਰੁਪਈਆ ਆਮ ਕਿਰਾਇਆ, ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ, ਸਵਿਮਿੰਗ ਪੂਲ ਹੈ, ਅਲੱਗ ਪਰਸਨਲ। ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ, 2-3 ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ। ਮੈਂ ਕਿਹਾ ਥੋੜ੍ਹਾ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਹਾਂ, ਫਿਰ ਦੇਖਦੇ ਹਾਂ ਇਹਨਾਂ ਦਾ ਕੀ ਹਾਲ ਹੈ। ਅਤੇ ਵੀਰੋ, ਬਸ ਕਾਗਜ਼ ਤਿਆਰ ਹੋ ਗਏ, ਢਾਉਣਾ ਨਹੀਂ ਦੇਖੋ ਆਪਾਂ, ਸੋਹਣਾ ਵਧੀਆ ਬਣਾਇਆ ਉਹਨੇ, ਕਬਜ਼ੇ 'ਚ ਲੈ ਲਾਂਗੇ ਸਰਕਾਰ, ਉਹ 'ਤੇ ਕਬਜ਼ਾ ਕਰ ਲੂ, ਸਕੂਲ ਖੋਲ੍ਹ ਦਾਂਗੇ ਉੱਥੇ ਸਰਕਾਰੀ, ਅਤੇ ਨਾਲੇ ਸਰਕਾਰੀ ਸਕੂਲ ਖੋਲ੍ਹ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਇਹ ਕੰਮ ਹੋਊਗਾ, ਮੇਰੇ 32 ਦੰਦ ਨੇ, ਮੈਂ ਊਂ ਹੀ ਨਹੀਂ ਕਹਿੰਦਾ, ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਇਹ ਕੰਮ ਹੋਊਗਾ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਹੋਣਗੀਆਂ, ਇਸ ਦੇ ਲਈ ਸਿਆਸੀ ਲੀਡਰਾਂ ਵੱਲੋਂ ਪੰਜਾਬ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸੰਗਰੂਰ ਵਿੱਚ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। CM ਭਗਵੰਤ ਮਾਨ ਕਿਸੇ ਵੀ ਕੀਮਤ 'ਤੇ ਇਸ ਸੀਟ ਨੂੰ ਜਿੱਤਣਾ ਚਾਹੁੰਦੇ ਹਨ। ਮੁੱਖ ਮੰਤਰੀ ਦੇ ਗ੍ਰਹਿ ਖੇਤਰ ਸੰਗਰੂਰ ਵਿੱਚ ਉਹਨਾਂ ਦੀ ਪਤਨੀ ਨੇ ਆਪਣੇ 2 ਮਹੀਨਿਆਂ ਦੀ ਬੇਟੀ ਦੇ ਬਾਵਜੂਦ ਕੜਾਕੇ ਦੀ ਗਰਮੀ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਹੈ। ਸੰਗਰੂਰ ਸੀਟ ਮੁੱਖ ਮੰਤਰੀ ਭਗਵੰਤ ਮਾਨ ਲਈ ਵਕਾਰ ਦਾ ਸਵਾਲ ਬਣ ਗਈ ਹੈ। CM ਭਗਵੰਤ ਮਾਨ ਕਿਸੇ ਵੀ ਕੀਮਤ 'ਤੇ ਇਸ ਸੀਟ ਨੂੰ ਜਿੱਤਣਾ ਚਾਹੁੰਦੇ ਹਨ। ਅਤੇ ਇਸ ਦੌਰਾਨ CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤਾਂਗੇ। ਇਹਨਾਂ ਨੇ ਇੰਨਾ ਪਿਆਰ ਬਖਸ਼ਿਆ, ਇੰਨਾ ਮਾਣ ਬਖਸ਼ਿਆ, ਇੰਨਾ ਗੱਠ ਸੀ ਤੁਸੀਂ ਆਪ ਸਭ ਨੇ ਦੇਖਿਆ, ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ, ਯਕੀਨੀ ਹੋ ਗਿਆ ਵੀ ਡਾਕਟਰ
ਵੀਰ ਜੀ ਇੱਥੋਂ ਜਿੱਤ ਰਹੇ ਨੇ ਪਟਿਆਲਾ ਸੀਟ ਭਾਰੀ ਬਹੁਮਤ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਾਜਰਾ ਜ਼ਿਲ੍ਹੇ ਵੀ ਤੇ ਭਗਵੰਤ ਮਾਨ ਜ਼ਿਲ੍ਹੇ ਵੀ ਜੋ ਆਪ ਮੁਹਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨੀ ਦੇਖਦੇ ਛਾਂ ਨੀ ਦੇਖਦੇ ਇੰਨੇ ਵਲੰਟੀਅਰ ਆਏ ਹੋਏ ਤੇ ਤਿਆਰ ਨੇ ਨਾਲ ਚੱਲੀਏ ਬਿਲਕੁਲ ਜੀ ਦੇਖੋ ਜੀ ਮਾਨ ਸਾਹਿਬ ਨੇ ਨਾਰਾ ਦਿੱਤਾ 13-0 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕਿ 13 ਸੀਟਾਂ ਦੇ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਜੇ ਸੈਂਟਰ ਚ ਸਾਡੇ ਨੁਮਾਇੰਦੇ ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਦੀ ਦੂਜੀ ਬਰਸੀ ਮੌਕੇ ਕਿਹਾ ਕਿ ਮੈਂ ਪਿਛਲੇ 2 ਸਾਲਾਂ ਤੋਂ ਹਰ ਮੰਚ ਅਤੇ ਸਟੇਜ ਉੱਤੇ ਆਪਣੀ ਗੱਲ ਰੱਖ ਰਿਹਾ ਹਾਂ। ਉਹਨੇ ਕਿਹਾ ਕਿ ਜੇ ਸਿੱਧੂ ਨੂੰ ਪਰਮਾਤਮਾ ਨੇ ਸਿੱਧੂ ਨੂੰ ਚੁਣਿਆ ਹੁੰਦਾ ਤਾਂ ਅਸੀਂ ਸਬਰ ਕਰ ਲੈਂਦੇ, ਪਰ ਸਿੱਧੂ ਨੂੰ ਸਿਸਟਮ ਨੇ ਚੁਣਿਆ। 2 ਸਾਲਾਂ ਵਿੱਚ ਅਸੀਂ ਮਹਿਜ 4 ਫਰੇਮ ਕਰ ਸਕੇ ਹਾਂ। ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਸੀ, ਉਸਨੂੰ ਮਾਰਿਆ ਕਿਉਂ ਗਿਆ? ਸਰਕਾਰ ਨੂੰ ਪੁੱਛਦਾ ਹਾਂ ਕਿ ਉਸਨੂੰ ਕਿਉਂ ਮਾਰਿਆ ਗਿਆ। ਜਦੋਂ ਉਸਨੇ ਕਾਂਗਰਸ ਨੂੰ ਜੁਆਇਨ ਕੀਤਾ ਸੀ ਤਾਂ ਬਹੁਤ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਸਨ, ਪਰ ਉਸਨੇ ਕਿਹਾ ਸੀ ਕਿ ਪਾਰਟੀ ਕੈਂਡੀਡੇਟਾਂ ਨਾਲ ਬਣਦੀ ਹੈ, ਉਹ ਸੁਧਾਰ ਕਰਨਾ ਚਾਹੁੰਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਪਰਿਵਾਰ ਦਾ ਸਾਥ ਦਿੱਤਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜਦ ਤੱਕ ਆਖਰੀ ਸਾਹ ਹਨ, ਇਨਸਾਫ਼ ਲਈ ਸੰਘਰਸ਼ ਕਰਦੇ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਸੁੱਟਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਵੱਖਰੀ ਸੋਚ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ RSS ਵੱਲੋਂ ਚੋਣਾਂ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਸਿੱਖਾਂ ਨੂੰ 2 ਵਰਗਾਂ ਵਿੱਚ ਵੰਡਿਆ ਜਾ ਸਕੇ। ਇਸ ਪਿੱਛੇ RSS ਦਾ ਹੱਥ ਹੈ। ਇਸ ਮੌਕੇ ਉਹਨਾਂ ਨੇ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਕਰਨ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਵੀ ਗੱਲ ਕਹੀ। ਬੰਦੀ ਸਿੱਖ ਕੌਣ ਹੈ? ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ, ਭਾਈ ਅੰਮ੍ਰਿਤਪਾਲ ਬੰਦੀ ਸਿੱਖ ਨਹੀਂ ਹੈ। ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾਂ ਭਰਾਵਾਂ ਦਾ ਕਤਲੇਆਮ ਕੀਤਾ, ਜੋ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਨੇ ਕੀਤਾ, ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ। ਉਹ ਇਹ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ, ਮਾਫ਼ ਕਰ ਦਿਓ। ਉਹ ਕੀ ਕਹਿ ਰਹੇ ਹੈ ਕਿ ਜੋ ਦੇਸ਼ ਦਾ ਕਾਨੂੰਨ ਹੈ, ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ, ਇਕੱਲੇ ਸਜ਼ਾ ਪੂਰੀਆਂ ਨਹੀਂ ਦੁੱਗਣੀਆਂ ਹੋ ਗਈਆਂ, ਇਸ ਕਰਕੇ ਹਿਊਮੈਨੀਟੇਰੀਅਨ ਰਾਈਟ ਸਾਡੇ ਹੈ, ਤੁਸੀਂ ਸਾਨੂੰ ਰੱਖ ਨਹੀਂ ਸਕਦੇ। ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹੈ, ਜੇ ਆ ਜਿਹੜਾ ਦੇਖਿਆ ਬਿਸਕਿਟ ਬਾਨੋ ਨਾ ਉਹੀ ਹੈ, ਉਹਦੇ ਕਾਤਲਾਂ ਨੂੰ BJP ਛੱਡ ਦਿੰਦੀ ਹੈ, ਰੇਪ ਕੀਤਾ, ਕਤਲ ਕੀਤਾ, ਅਸੀਂ ਤਾਂ ਇਕੱਲੇ ਕਿਹਾ ਇਹਨਾਂ ਨੂੰ ਛੱਡ, ਉਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ। 1 ਸਾਲ ਛੜੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ, ਆ ਫਰਕ ਹੈ। ਨਾਲੇ ਜਿਵੇਂ ਵਿਰਸੇ ਨੇ ਕਿਹਾ, ਇੰਨੇ ਸੇ ਲਾਉਣ ਵਾਲੇ ਝਾੜੂ ਵਾਲੇ, ਇੰਨੇ ਸੇ ਡਿਬਰੂਗੜ੍ਹ ਭੇਜਣ ਵਾਲੇ ਝਾੜੂ ਵਾਲੇ, ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ। ਝਾੜੂ ਨੂੰ ਤਾਂ ਵਧੀਆ ਕਹਿੰਦੇ ਆ ਤੇ ਹੁਣ ਇਕੱਲੇ ਬੋਲਦੇ ਆ ਅਕਾਲੀ ਦਲ। ਹੁਣ ਪਤਾ ਸੀ ਖਡੂਰ ਸਾਹਿਬ 35 ਸੀਟ ਹੈ, ਇਹ ਕਿਵੇਂ ਹਰਾਈ ਜਾਊਗੀ?
ਲਿਆਓ ਆਪਣਾ ਬੰਦਾ, ਖੜੇ ਕਰੋ, ਸਮਝੋ ਕੀ ਸਾਜਿਸ਼ ਹੈ। ਆਪਾਂ ਦੇਖ ਲਿਆ ਕਿਹੋ ਜਿਹੇ ਹਾਲਾਤ ਚੋਂ ਨਿਕਲੇ ਹਾਂ। ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਹੈ, ਸਿੱਖ ਕੌਮ ਆਪਣਾ ਘਰ ਹੈ, ਆਪਾਂ ਇੱਥੋਂ ਕਿਤੇ ਬਾਹਰ ਰਾਹ ਜਾ ਨਹੀਂ ਸਕਦੇ, ਆਪਾਂ ਇੱਥੇ ਹੀ ਤਕੜੇ ਹੋ ਸਕਦੇ ਹਾਂ, ਇੱਥੇ ਹੀ ਸਫਲ ਹੋ ਸਕਦੇ ਹਾਂ। ਅਤੇ ਇਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਅਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ। ਸੁਪਰਡੈਂਟ ਜੇਲ੍ਹ ਦਾ, ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਹੈ, ਮੇਰੇ ਸਾਹਮਣੇ ਹੈ, ਆ ਕਾਗਜ਼ ਰਿਜੈਕਟ ਨਾ ਕਰਿਓ। ਪਹਿਲੀ ਗੱਲ, ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋਈ ਮਾਸੀ ਦਾ ਮੁੰਡਾ ਕਿ ਮੈਂ ਕੋਈ ਕਰਾਉਣਾ? ਹਲੇ ਵੀ ਨਹੀਂ ਸਮਝਦੇ। ਮੈਂ ਇੱਕ ਹੋਰ ਪੁੱਛਣਾ ਚਾਹੁੰਦਾ, ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ, ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ? ਨਹੀਂ। ਤੇ ਭਾਈ ਅੰਮ੍ਰਿਤਪਾਲ ਦਾ ਵਕੀਲ ਕੌਣ ਹੈ? ਆਰਐਸਐਸ ਦਾ ਮਾਲਵੇ ਦਾ ਹੈੱਡ ਹੈ, ਗੂਗਲ ਕੱਢ ਕੇ ਹੁਣੀ ਦੇਖ ਲਿਓ, ਆਰਐਸਐਸ ਦਾ ਹੈੱਡ ਹੈ। ਇਹਦੋਂ ਵੱਧ ਕੀ ਕਹਿ ਸਕਦੇ? ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਆਹ ਦੇਖੋ ਨਾਲ, ਆਹ ਵਕੀਲ ਹੈ ਆਰਐਸਐਸ ਦੇ ਨਾਲ ਖੜਾ, ਆ ਖੜਾ, ਆਹ ਦੇਖੋ ਆਹ ਵਕੀਲ। ਟਿਕਟ ਇਹਨੇ ਅਨਾਊਂਸ ਕੀਤੀ, ਆ ਗਿਆ ਉੱਥੇ ਦਿਬਰੂਗੜ੍ਹ ਜੇਲ੍ਹ, ਜੇਲ੍ਹ ਤੋਂ ਨਿਕਲ ਕੇ ਪਰਿਵਾਰ ਕਹਿ ਰਿਹਾ ਅਸੀਂ ਨਹੀਂ ਲੜ, ਸਾਡੀ ਕੋਈ ਸੋਚ ਨਹੀਂ। ਅਤੇ ਦਿਬਰੂਗੜ੍ਹ ਜੇਲ੍ਹ 'ਚ ਆਰਐਸਐਸ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ, ਕਾਗਜ਼ ਸਹੀ ਕਰਤੇ ਸਾਰੇ। ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ, ਜਿਵੇਂ ਵਿਰਸੇ ਨੇ ਦੱਸਿਆ, ਨੌ ਨੌ ਅੱਠ ਅੱਠ ਸੱਤ ਸੱਤ ਮਹੀਨੇ ਮਿਲ ਨਹੀਂ ਦਿੰਦੇ ਸੀ, ਇੱਥੇ ਹਰ ਹਫ਼ਤੇ ਮਿਲਦੇ। ਸੋ ਆਹ ਸਵਾਲ ਹੈ, ਮੈਂ ਕਹਿਣਾ ਚਾਹੁੰਦਾ ਸੋਚਿਓ। ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ, ਨਸ਼ੇ ਛੁਡਾਉਣਾ ਬਹੁਤ ਵਧੀਆ ਗੱਲ ਹੈ, ਪਰ ਇਹਦੇ ਪਿੱਛੇ ਹੋਰ ਕੁਛ ਕਰਨਾ, ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ 'ਤੇ ਛੁਰਾ ਮਾਰਨਾ ਹੈ। ਇਸ ਕਰਕੇ ਬਚ ਜਾਓ, ਅਕਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ। ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਹੈ ਕਿ ਹੁਣ ਦਰਬਾਰ ਸਾਹਿਬ 'ਤੇ ਕਾਬਜ ਹੋਈਏ, ਐਸ ਜੀ ਪੀ ਸੀ 'ਤੇ ਕੰਟਰੋਲ ਕਰੀਏ। ਜੇ ਤੁਸੀਂ ਦੇਣਾ ਚਾਹੁੰਦੇ ਐਸ ਜੀ ਪੀ ਸੀ ਆਰਐਸਐਸ ਨੂੰ, ਇਕੱਲੀ ਆਹ ਬਚੀ ਹੈ, ਬਾਕੀ ਤਾਂ ਕਬਜ਼ਾ ਕਰ ਗਏ, ਫਿਰ ਤੁਹਾਡੇ ਹੱਥ 'ਚ ਹੈ। ਖਾਲਸਾ ਜੀ, 1 ਜੂਨ ਭੁੱਲਿਓ ਨਾ, ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਂ ਆਪਣੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਪਰ ਦੁੱਖ ਹੁੰਦਾ ਕਿ ਉਸ ਹਮਲੇ ਦੇ ਬਾਅਦ 3 ਵਾਰ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ, ਕਾਂਗਰਸ ਦੀ ਸਰਕਾਰ ਬਣਾਤੀ। ਫਿਰ ਉਹ ਲੋਕਾਂ ਨੂੰ, ਉਸਦਾਰਾਂ ਨੂੰ ਕੀ ਕਹਾਂਗੇ? ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ, ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ, ਜਿਹੜੇ ਹੁਣ ਵੀ ਉਹਨਾਂ ਸਰੋਪੇ, ਦੋ ਦੋ ਗਨਮੈਨ ਪਿੱਛੇ ਸਰੋਪੇ ਲੈ ਲੈਂਦੇ ਹੈ, ਪਾ ਲੈਂਦੇ ਆ, ਪਾਰਟੀਆਂ ਬਦਲ ਲੈਂਦੇ ਆ, ਦੋ ਗਨਮੈਨ ਦੇ ਦਿਓ, ਚੇਅਰਮੈਨ ਦੇ ਦਿਓ, ਕਿ ਐਜੀ ਕੌਮ ਆਪਣੀ ਹੈ,
ਇਸ ਕਰਕੇ ਮੈਂ ਬੇਨਤੀ ਕਰਦਾ ਅਕਾਲੀ ਦਲ ਤੁਹਾਡੀ ਕਿੱਲਾ ਆਪਣੀ ਤਾਕਤ ਹੈ, ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲੇ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ, ਤਾਂ ਹੀ ਪੰਜਾਬ ਬਚੂਗਾ। ਮੋਦੀ ਆ ਨਹੀਂ ਰਿਹਾ, ਇੰਡੀਆ ਗਠਬੰਧਨ ਦੀ ਸਰਕਾਰ ਬਣ ਰਹੀ ਹੈ ਕੇਂਦਰ 'ਚ, ਉਹ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਹੋਊਗਾ। ਇੱਧਰ ਉੱਧਰ ਜਿਹੜੇ ਕਾਂਗਰਸ ਕੁੰਗਸ ਕਹਿੰਦੀ ਜੇ ਉਹ ਬਸ ਕਰੋ ਯਾਰ, ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ, ਤੁਸੀਂ ਤਾਂ ਬਦਲ ਲਓ ਐਤਕੀ। ਸੋ ਅਨੰਦਪੁਰ ਸਾਹਿਬ ਵਾਲਿਓ, ਤੁਹਾਡੇ ਤੋਂ ਉਮੀਦ ਹੈ ਕਿ ਪਹਿਲੀ ਲੀਡ ਤੁਹਾਡੀ ਆਵੇ। ਵੈਸੇ ਅੰਮ੍ਰਿਤਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਹੈ ਕਿ 8:30 ਵਜੇ ਤੱਕ ਸਾਡੀ ਤਾਂ ਆ ਜੂਗੀ ਜੀ ਰੁਝਾਨ, ਕਿ ਪਹਿਲੀ ਲੀਡ ਜਿਹੜੀ ਉੱਥੋਂ ਹੈ। ਅਨੰਦਪੁਰ ਸਾਹਿਬ ਵਾਲੇ ਕਿਸੇ ਕੋਲੋਂ ਘੱਟ ਹੈ, ਪਹਿਲੀ ਲੀਡ ਫਿਰ ਤੁਹਾਡੀ ਆਵੇ ਤਾਂ ਨਜ਼ਾਰਾ ਆ ਜੀ। ਉਹ ਤੋਂ ਬਾਅਦ ਫਿਰ 3 ਸਾਲ ਆ ਟਰਮ ਦੇ ਕੰਮ ਕਰਨ ਦਾ ਨਜ਼ਾਰਾ, ਤੁਹਾਡੀ ਜ਼ਿੰਮੇਵਾਰੀ ਖਤਮ, ਮੇਰੀ ਸ਼ੁਰੂ, ਕੰਗ ਦੀ ਸ਼ੁਰੂ। ਪਾਰਲੀਮੈਂਟ 'ਚ ਦੇਖੋ, ਇਹਨੂੰ ਬੋਲਣਾ ਤਾਂ ਆਉਂਦਾ, ਜਦੋਂ ਤੋਂ ਵਿਦਿਆਰਥੀ ਸੀ ਉਦੋਂ ਦਾ ਬੋਲਦਾ ਹੀ ਆ ਰਿਹਾ ਸਟੇਜਾਂ 'ਤੇ, ਪਾਰਟੀ ਨੇ ਸਪੋਕਸਪਰਸਨ ਵੀ ਬਣਾਇਆ ਹੋਇਆ, ਬੋਲਣਾ ਆਉਂਦਾ, ਡਿਬੇਟਾਂ 'ਚ ਬੋਲਣਾ ਆਉਂਦਾ, ਠੀਕ ਹੈ ਨਾ। ਪਾਰਲੀਮੈਂਟ 'ਚ ਬੋਲਣ ਦੇ ਤਰੀਕੇ ਥੋੜ੍ਹੇ ਜਿਹੇ ਪਾਸਵਰਡ ਮੇਰੇ ਕੋਲ ਵੀ ਨੇ, ਤੁਸੀਂ ਦੇਖੇ ਹੋਣਾ। ਜਦੋਂ ਮੈਂ ਗਿਆ ਸੀ, ਜਦੋਂ ਮੈਂ ਖੜ੍ਹਾ ਹੁੰਦਾ ਸੀਗਾ, ਸਾਰੇ ਬੀਜੇਪੀ ਵਾਲੇ ਕੰਨਾਂ 'ਤੇ ਹੈੱਡਫੋਨ 'ਚ ਲਾ ਲੈਂਦੇ ਸੀ, ਲੈ ਪੰਗਾ ਪਾਊ ਇਹ ਕੋਈ ਹੁਣ। ਮੈਂ ਕਹਿੰਦਾ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਬ ਆਉਣੇ ਵਾਲੇ ਹੈ, ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ, ਪਸੀਨਾ ਆ ਜਾਂਦਾ ਸੀ। ਸੋ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦਿਉ, ਇਹ 2 ਮਿੰਟ ਹੀ ਬੋਲਦਾ, ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ। ਸੋ ਇਹ ਪਾਸਵਰਡ ਸਾਰੇ ਮੈਂ ਮਾਲਵਿੰਦਰ ਕੰਗ ਨੂੰ ਦਿਊਂ, ਵੀ ਐਂ ਕੰਮ ਲੈਣਾ ਇਹਨਾਂ ਤੋਂ ਬਸ। ਉਹ ਘੁੰਡੀਆਂ ਸਾਰੀਆਂ ਮੇਰੇ ਕੋਲ ਹੈਗੀਆਂ, ਕੇਰਾਂ ਤੁਸੀਂ ਤਵੀਤ ਬੰਨ ਦਿਓ, ਇਹਨੂੰ ਪੌੜੀਆਂ ਚੜ੍ਹਾ ਦਿਓ ਪਾਰਲੀਮੈਂਟ ਦੀਆਂ, ਅੱਗੇ ਕਹਾਂ ਮੇਰਾ ਕੰਮ ਹੈ, ਫਿਰ ਮੈਂ ਜ਼ਿੰਮੇਵਾਰ ਹਾਂ, ਫਿਰ ਤੁਹਾਡਾ ਜੇ ਕੰਮ ਨਾ ਹੋਇਆ ਤਾਂ ਮੈਂ ਜ਼ਿੰਮੇਵਾਰ ਹਾਂ। ਆ ਕਾਂਗਰਸ ਵਾਲਿਆਂ ਨੇ 3ਵੀਂ ਵਾਰ ਬੰਦਾ ਬਦਲਤਾ ਇੱਥੋਂ, ਪਹਿਲਾਂ ਬਿੱਟੂ ਸੀ, ਫਿਰ ਤਿਵਾੜੀ ਸੀ, ਹੁਣ ਹੋਰ ਲਿਆਏ। ਮਤਲਬ ਤੁਹਾਨੂੰ ਕੀ ਸਮਝਦੇ ਆ ਯਾਰ, ਵੀ ਜਿਹਨੂੰ ਵੀ ਮਰਜ਼ੀ ਲਿਆਉਣਗੇ, ਕਦੇ ਮਰ ਜਾ ਚਿੜੀਏ, ਕਦੇ ਜਿਉਂ ਜਾ ਚਿੜੀਏ, ਇਹੀ ਵੋਟਾਂ ਪਾ ਦੋਗੇ ਤੁਸੀਂ। ਬੰਦਾ ਦੇਖੋ ਯਾਰ ਕਿ ਕਿਹਨੇ ਤਰੱਕੀ ਕੀਤੀ ਹੈ, ਕਿਹਨੇ ਨਹੀਂ ਕੀਤੀ। ਸੋ ਇਸ ਕਰਕੇ ਤੁਹਾਡੇ ਕੋਲ ਆਇਆ ਔਰ ਉਮੀਦ ਲੈ ਕੇ ਆਇਆ। ਸ਼ਹੀਦਾਂ ਦੀ ਧਰਤੀ ਹੈ, ਗੁਰੂ ਸਾਹਿਬ ਐਸੇ ਇਲਾਕੇ 'ਚ ਫਿਰਦੇ ਰਹੇ ਆ, ਲੜਾਈਆਂ ਲੜਦੇ, ਪਰਿਵਾਰ ਵਿਛੋੜੇ ਵੀ ਇੱਥੇ ਹੋਏ ਆ। ਸੋ ਉਹਨਾਂ ਦੇ ਉਹਨਾਂ ਜ਼ੁਲਮ ਦੇ ਖਿਲਾਫ਼ ਆਪਾਂ ਨੂੰ ਲੜਨ ਦੀ ਆਪਾਂ ਨੂੰ ਜਿਹੜੀ ਦਿੱਤੀ ਹੈ ਪ੍ਰੇਰਨਾ, ਕਿ ਜ਼ੁਲਮ ਦੇ ਖਿਲਾਫ਼ ਲੜਨਾ ਹੈ। ਅਤੇ ਜ਼ੁਲਮ ਦੇ ਭਾਵੇਂ ਉਹ ਦੇਖੋ, ਇੱਕ ਜ਼ਫਰਨਾਮਾ ਲਿਖਿਆ ਸੀ ਗੁਰੂ ਸਾਹਿਬ ਨੇ ਫਾਰਸੀ 'ਚ, ਪੜ੍ਹ ਕੇ ਔਰੰਗਜ਼ੇਬ ਡਿਪਰੈਸ਼ਨ 'ਚ ਚਲਿਆ ਗਿਆ ਸੀ, ਇੰਨੀਆਂ ਵਧੀਆ ਉਹ 'ਚ ਗੱਲਾਂ ਲਿਖੀਆਂ ਸੀਗੀਆਂ, ਲਾਂਭੇ ਦਿੱਤੇ ਸੀ ਉਹਨੂੰ ਵੀ ਤੂੰ ਗਲਤ ਹੈ, ਤੂੰ ਸਹੀ ਨਹੀਂ ਹੈਗਾ, ਤੂੰ ਜ਼ੁਲਮ ਕਰ ਰਿਹਾ। ਸੋ ਵੀਰੋ, ਆਪਾਂ ਉਸ ਧਰਤੀ 'ਤੇ ਜਾਏ ਹਾਂ, ਆਪਾਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਬਈ, ਅਮਰੀਕਾ ਕੈਨੇਡਾ ਕਿਉਂ ਜਾਈਏ? ਅਸੀਂ ਇੱਥੇ ਆਪਦੀ ਧਰਤੀ ਠੀਕ ਕਰ ਲੈਂਦੇ ਹਾਂ, ਇੱਥੇ ਨੌਕਰੀਆਂ ਦੇ ਦਿੰਦੇ ਹਾਂ, ਇੱਥੇ ਹੀ ਕੰਮ ਕਾਰ ਕਰੋ। ਆ ਤੁਹਾਡੇ ਕੋਲ ਇੱਥੇ ਆ ਗਈ ਕਲਾਸ, ਪਹਿਲਾਂ ਹੀ ਸੀ, ਫਰੈਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ, ਕੰਮ ਮਿਲੂਗਾ ਬਹੁਤ ਸਾਰੇ ਲੋਕਾਂ ਨੂੰ, ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਕੰਮ ਮਿਲੂਗਾ, ਸ਼ਾਮ ਨੂੰ ਘਰ ਆ ਕੇ ਰੋਟੀ ਖਾਈਏ। ਉੱਧਰ ਬਾਹਰਲੇ ਮੁਲਕਾਂ 'ਚ ਬਰਫਾਂ ਪੈਂਦੀਆਂ ਨੇ, ਨਾ ਭਾਸ਼ਾ ਸਾਡੀ ਹੈ ਨਾ ਕਲਚਰ ਸਾਡਾ, ਕਿਉਂ ਜਾਈਏ ਬਈ ਅਸੀਂ? ਹਾਂ ਘੁੰਮਣ ਜਾਓ, ਮਹੀਨਾ ਘੁੰਮਣ ਚਲੇ ਜਾਓ ਪਰਿਵਾਰ ਵਾਸਤੇ, ਟੂਰਿਸਟ ਵੀਜ਼ੇ 'ਤੇ, ਪਰ ਇਹ ਥੋੜ੍ਹੀ ਹੈ ਕਿ ਇੱਥੋਂ ਚਲੇ ਗਏ, ਮਾਪੇ ਇੱਥੇ ਡੀਕੀ ਜਾਂਦੇ ਆ ਵੀ ਕਦੋਂ ਆਊਗਾ ਪੁੱਤ ਮੇਰਾ। ਸੋ ਬਹੁਤ ਵੀਰੋ, ਇਹ ਕੰਮ ਆਪਾਂ ਬੰਦ ਕਰਨਾ, ਔਰ ਬੰਦ ਤਾਂ ਹੋਊਗਾ
ਜੇ ਆਪਣੇ ਕੋਲ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ, ਇੱਥੇ ਵੱਡੀਆਂ ਵੱਡੀਆਂ ਫੈਕਟਰੀਆਂ ਲੈ ਕੇ ਆਵਾਂਗੇ, ਇੱਥੇ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ, ਇੱਥੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ। ਅਸੀਂ ਵੀ ਐਸ ਐਸ ਵਾਲੇ ਮੁੰਡੇ ਬੈਠੇ ਹੈ, ਸਟੂਡੈਂਟ ਹੈ, ਨੌਜਵਾਨ ਹੈ, ਭਵਿੱਖ ਹੈ, ਫਿਊਚਰ ਹੈ। ਸੋ ਇਹਨਾਂ ਨੂੰ ਇੱਥੇ ਨੌਕਰੀਆਂ ਦੇਣੀਆਂ ਨੇ ਡਿਗਰੀ ਮੁਤਾਬਕ। ਯੂ ਪੀ ਐਸ ਸੀ ਦੇ ਸੈਂਟਰ ਖੋਲ੍ਹਾਂਗੇ 8, ਪੜ੍ਹੋ, ਆਈ ਐਸ ਅਫਸਰ ਬਣੋ, ਡੀ ਸੀ ਬਣੋ, ਆਈ ਪੀ ਐਸ ਕਰੋ, ਐਸ ਐਸ ਪੀ ਬਣੋ। ਵੱਡੀਆਂ ਵੱਡੀਆਂ ਪੋਸਟਾਂ ਸਾਡੇ ਪੰਜਾਬੀਆਂ ਦੇ ਮੁੰਡਿਆਂ ਤੋਂ ਧੀਆਂ ਪੁੱਤਾਂ ਕੋਲ ਹੋਣੀਆਂ ਚਾਹੀਦੀਆਂ। ਪੜ੍ਹਾਵਾਂਗੇ ਇੱਥੇ। ਮੈਡੀਕਲ ਕਾਲਜ ਖੋਲ੍ਹ ਰਹੇ ਹਾਂ, ਆਪ ਬਣ ਗਏ ਆਮ ਆਦਮੀ ਕਲੀਨਿਕ, ਬਣ ਗਏ ਸਕੂਲ ਆਫ ਐਮੀਨੈਂਸ ਬਣ ਰਹੇ ਨੇ। ਮੈਂ ਜੇ ਕੰਮ ਹੀ ਗਣਾਉਣ ਲੱਗ ਜਾਂ ਅੱਧਾ ਘੰਟਾ ਲੱਗ ਜੂ, ਉਹ ਤੁਹਾਨੂੰ ਆਪ ਹੀ ਪਤਾ, ਤੁਸੀਂ ਗਣਾਉਂਦਾ ਕਰੋ। ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ, ਮੈਂ ਕੀ ਹੋ ਗਿਆ, ਕਹਿੰਦਾ ਸਾਡੇ ਜਨਰੇਟਰ 'ਤੇ ਭੂੰਡਾਂ ਦਾ ਖੱਖਰ ਲੱਗ ਗਿਆ। ਮੈਂ ਕਿਹਾ ਜੀ ਇਹ 'ਚ ਧੰਨਵਾਦ ਵਾਲੀ ਕਿਹੜੀ ਗੱਲ ਹੈ, ਕਹਿੰਦਾ ਚੱਲਿਆ ਹੀ ਨਹੀਂ, ਬਿਜਲੀ ਹੋਈ ਇੰਨੀ ਆ ਗਈ, ਕਹਿੰਦਾ ਜਨਰੇਟਰ 'ਤੇ ਭੂੰਡਾਂ ਦਾ ਖੱਖਰ ਲੱਗ ਗਿਆ। ਕਹਿੰਦਾ ਹੁਣ ਇਹ ਵੀ ਮੁੱਦਾ ਦੇਖੋ, ਲੋਕ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਆ ਮੈਨੂੰ। ਇੱਕ ਮੈਨੂੰ ਕਹਿੰਦਾ ਮੈਂ ਦੋਜੀ ਹਾਂ ਜੀ, ਕਹਿੰਦਾ ਪਹਿਲਾਂ ਮੇਰਾ ਹਿਸਾਬ 3 ਜਾਂ 4 ਮਹੀਨੇ ਵਾਹ ਕਰਦੇ ਸੀ ਲੋਕ, ਪਤਾ ਨਹੀਂ ਕੀ ਹੋ ਗਿਆ, ਕਹਿੰਦਾ ਅਚਾਨਕ ਹਰੇਕ ਮਹੀਨੇ ਪੈਸੇ ਦੇਣ ਲੱਗ ਗਏ ਮੈਨੂੰ। ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਹੈ, ਲੀਟਰ ਵੀ ਉਹੀ ਹੈ ਮਿਲਣ ਵਾਲਾ, ਨਾ ਮੈਂ ਦੁੱਧ ਨਾ ਕੋਈ ਛੇੜਛਾੜ ਕਰਦਾ, ਅਤੇ ਮੇਰਾ ਢੋਲੀ ਵੀ ਉਹੀ ਹੈ, ਅਤੇ ਪਹਿਲਾਂ 4 ਮਹੀਨੇ ਵਾ ਪੈਸੇ ਦਿੰਦੇ ਸੀ, ਹੁਣ ਮਹੀਨੇ ਵਾ ਕਿਉਂ ਦੇਣ ਲੱਗ ਗਏ? ਉਹ ਕਹਿੰਦੇ ਭਗਵੰਤ ਮਾਨ ਨੇ ਬਿਜਲੀ ਫ੍ਰੀ ਕਰਤੀ, ਜਿਹੜਾ 3-4 ਹਜ਼ਾਰ ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੁੱਧ ਤੋਂ ਦੇਣ ਲੱਗ। ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਫਰਕ ਪੈ ਜਾਂਦਾ। ਸੋ ਵੀਰੋ ਇਸੇ ਕੰਮ 'ਤੇ ਹਾਂ, ਨਾ ਤਾਂ ਮੈਂ ਬੱਸਾਂ 'ਚ ਹਿੱਸਾ ਪਾਉਣਾ, ਨਾ ਮੈਂ ਪਾਉਣਾ ਕਿਸੇ ਰੇਤੇ ਦੀਆਂ ਖੱਡਾਂ 'ਚ, ਨਾ ਪਾਉਣਾ ਕਿਸੇ ਹਵੇਲੀ 'ਚ ਜਾਂ ਢਾਬੇ 'ਚ ਹਿੱਸਾ ਪਾਉਣਾ, ਮੈਂ ਤੁਹਾਡੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ, ਹੋਰ ਕਿਤੇ ਨਹੀਂ ਪਾਉਣਾ। ਆਪ ਮੈਂ ਰੁਪਈਆ ਖਾਣਾ ਨਹੀਂ, ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਣੇ ਨਹੀਂ, ਉਹਦਾ ਕਢਾਊਂ, ਉਹਦਾ ਦੇਖਦੇ ਜਾਓ ਤੁਸੀਂ, ਕਢਾਊਂ ਪੈਸੇ। ਆਹ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ, 7-star ਹੋਟਲ ਸੁਖਬੀਰ ਬਾਦਲ ਨੇ, 10 ਸਾਲ ਵਾਸਤੇ ਬਿਜਲੀ ਫ੍ਰੀ, 10 ਸਾਲ ਵਾਸਤੇ GST ਫ੍ਰੀ, ਟੈਕਸ ਲਗਜ਼ਰੀ ਟੈਕਸ ਫ੍ਰੀ, ਸਟੇਟ ਦੀ GST ਫ੍ਰੀ, 1 ਅਰਬ ਤੋਂ ਉੱਤੋਂ ਦੀ ਸਬਸਿਡੀ, 1 ਅਰਬ। ਉਹ ਕੀ ਦਿੰਦਾ ਜੀ ਪੰਜਾਬ ਨੂੰ, ਪੰਜਾਬ ਨੂੰ ਕੀ ਦਿੰਦਾ ਬਈ ਉਹ ਸੁੱਖ ਵਿਲਾਸ? 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ, 7 ਲੱਖ ਇੱਕ ਰਾਤ ਦਾ। ਕੋਈ ਗਰੀਬ ਸ਼ਾਇਦ 7 ਲੱਖ ਸਾਰੀ ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ, 7 ਲੱਖ ਰੁਪਈਆ ਆਮ ਕਿਰਾਇਆ। ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ, ਸਵਿਮਿੰਗ ਪੂਲ ਹੈ, ਅਲੱਗ ਪਰਸਨਲ। ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ, 2-3 ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ। ਮੈਂ ਕਿਹਾ ਥੋੜ੍ਹਾ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਹਾਂ, ਫਿਰ ਦੇਖਦੇ ਇਹਨਾਂ ਦਾ ਕੀ ਹਾਲ ਹੈ। ਅਤੇ ਵੀਰੋ ਬਾ ਕਾਗਜ਼ ਤਿਆਰ ਹੋ ਗਏ, ਢਾਉਣਾ ਨਹੀਂ ਦੇਖੋ ਆਪਾਂ, ਸੋਹਣਾ ਵਧੀਆ ਬਣਾਇਆ ਉਹਨੇ, ਕਬਜ਼ੇ 'ਚ ਲੈ ਲਾਂਗੇ ਸਰਕਾਰ, ਉਹ 'ਤੇ ਕਬਜ਼ਾ ਕਰ ਲੂ, ਸਕੂਲ ਖੋਲ੍ਹ ਦਾਂਗੇ ਉੱਥੇ ਸਰਕਾਰੀ, ਅਤੇ ਨਾਲੇ ਸਰਕਾਰੀ ਸਕੂਲ ਖੋਲ੍ਹ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਇਹ ਕੰਮ ਹੋਊਗਾ, ਮੇਰੇ 32 ਦੰਦ ਨੇ, ਮੈਂ ਉਈ ਨਹੀਂ ਕਹਿੰਦਾ, ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਇਹ ਕੰਮ ਹੋਊਗਾ। ਫਿਰ ਨਾਲ ਹੋਰ, ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ, ਪਹੁੰਚਣ ਲੱਗ ਗਿਆ, ਟਿਊਬਵੈੱਲ ਬੰਦ ਹੋਣਗੇ,
ਟਿਊਬਵੈੱਲ ਬੰਦ ਹੋਣਗੇ, ਬਿਜਲੀ ਬਚੂ, ਥੱਲੇ ਧਰਤੀ ਵਾਲਾ ਪਾਣੀ ਵੀ ਬਚੂ, ਬਿਜਲੀ ਦੀ ਸਬਸਿਡੀ ਬਚੂਗੀ, 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚ ਜੂਗੀ ਇਸ ਸੀਜ਼ਨ ਤੋਂ ਬਾਅਦ, ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ, 20 ਹਜ਼ਾਰ ਕਰੋੜ ਦੀ ਲਗਭਗ ਹੈ, 18 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਹੈ। ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈੱਲ ਵੀ ਬੰਦ ਹੋ ਗਏ, ਕਿਉਂਕਿ ਨਹਿਰੀ ਪਾਣੀ ਆਜੂਗਾ ਨਾ, ਤਾਂ ਆਪਣੀ 5-6-7 ਹਜ਼ਾਰ ਕਰੋੜ ਬਚ ਜੂਗਾ। ਉਹ 6-7 ਹਜ਼ਾਰ ਕਰੋੜ 'ਚੋਂ 5,500 ਕਰੋੜ ਰੁਪਏ ਦਾ ਬਜਟ ਮੇਰਾ ਬਣਾਇਆ ਪਿਆ, ਐਨ ਖਾਕਾ ਐਨ ਘਰ ਘਰ ਦਾ ਲਿਖਿਆ ਪਿਆ, ਉਹ 5,500 ਕਰੋੜ ਰੁਪਈਆ ਜਿਹੜਾ 6,000 ਜਾਂ 7,000 ਬਚੂਗਾ, ਉਹ 'ਚੋਂ 5,500 ਕਰੋੜ ਰੁਪਈਆ ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਈਆ ਕਿਹਾ ਸੀ ਉਹ ਦਿਓ, ਉਹ ਦਿਓਗਾ ਜੀ। ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ 'ਚ ਤਾਂ ਮੁੜ ਕੇ ਕਹਿੰਦੇ ਜੁੰਬਲਾ। ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ, ਜੇ ਬਿਜਲੀ ਦੇ ਬਿੱਲ ਇੱਕ ਵਾਰੀ ਜੀਰੋ ਆਉਣ ਲੱਗ ਗਏ ਆਉਣਗੇ, ਐਂ ਆਈ ਜਾਣਗੇ ਬਸ, ਅਤੇ ਇੱਦਾਂ ਹੀ 1100 ਰੁਪਇਆ, 1,000 ਦਾ ਵੀ 1100 ਕਰ ਦਾਂਗੇ, ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ, ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ। ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ, ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ 'ਚ ਬੰਦ ਕਰ ਦਿਉ ਵੀ ਐਂ ਨਹੀਂ ਜੀ ਬਜਟ ਨਹੀਂ, ਫਲਾਣਾ ਨਹੀਂ, ਧਮਕਾ ਨਹੀਂ, ਨਾ ਮੈਂ ਉਹ ਕੰਮ ਨਹੀਂ ਕਰਦਾ। ਫਿਰ ਮੇਰੇ 'ਚ ਅਤੇ ਉਹਨਾਂ 'ਚ ਕੀ ਫਰਕ ਰਹਿ ਗਿਆ, ਜਿੱਦਾਂ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ, ਚੱਲੂਗੀ ਉਹ, ਮੈਂ ਪੈਸੇ ਅਲੱਗ ਤੋਂ ਧਰੂੰਗਾ ਕੱਢ ਕੇ। ਆ ਜਿਹੜਾ ਮੇਰਾ ਵਿਚਾਰ ਹੈ, ਆਹ ਮੇਰਾ ਵਿਜ਼ਨ ਹੈ, ਲੋਕਾਂ ਦੀ ਮਜਬੂਰੀ ਨੂੰ ਮੈਂ ਮਰਜ਼ੀ 'ਚ ਬਦਲਣੀ ਚਾਹੁੰਦਾ। ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਪੈ ਰਿਹਾ, ਲੋਕਾਂ ਦੀ ਮਰਜ਼ੀ ਹੋਵੇ ਭਾਵੇਂ ਸਰਕਾਰੀ 'ਚ ਕਰਾ ਲਾ ਭਾਵੇਂ ਪ੍ਰਾਈਵੇਟ 'ਚ ਕਰਾ ਲਾ, ਇਲਾਜ ਇੱਕੋ ਜਿਹਾ। ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ 'ਚ ਬੱਚੇ ਪੜ੍ਹਾਉਣੇ ਪੈ ਰਹੇ ਨੇ, ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ 'ਚ ਪੜ੍ਹਾ ਲਾ ਚਾਹੇ ਪ੍ਰਾਈਵੇਟ 'ਚ ਪੜ੍ਹਾ ਲਾ, ਸਕੂਲ ਇੱਕੋ ਜਿਹੇ ਨੇ। ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ, ਮੈਂ ਉਹ ਤਾਂ ਬਦਲ ਸਕੂੰਗਾ ਜੇ 13 ਦੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਕ ਮਜ਼ਬੂਤ ਕਰ ਦਿਉ। ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕਨੀ ਜਾਂ ਤੱਕੜੀ ਕਨੀ ਦੇਖਦੇ ਹੋਣੇ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਪੰਜੇ ਦੇਖੋ ਪੰਜ, ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ, ਮੈਂ ਗੱਲ ਸੁਣੋ, ਝਾੜੂ 'ਚੋਂ 1-2 ਤੀਲੇ ਨਿਕਲ ਜਾਣ ਨਾ, ਸਫਾਈ ਕਰਦਾ ਰਹਿੰਦਾ, ਪੰਜੇ ਦੀ ਇੱਕ ਉਂਗਲ ਜੀ ਕੱਢਦੀ ਹੈ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾਂ, ਤੱਕੜੀ ਦੀ ਇੱਕ ਰੱਸੀ ਤੋੜਦੀ ਹੈ ਤੋਲਣ ਜੱਗੀ ਨਹੀਂ ਰਹਿੰਦੀ। ਸੋ ਇਸ ਕਰਕੇ ਮੈਂ ਕਹਿੰਦਾ ਆਪਦੀਆਂ ਦੇਖੋ ਭਾਈ, ਸਾਡੇ ਵਾਲ ਤਾਂ ਠੀਕ ਹੈ, ਔਰ ਝਾੜੂ ਹੈ ਸਾਡਾ ਚੋਣ ਛਾਣੀ ਇੰਨਾ ਵਧੀਆ, ਦੱਸਣ ਦੀ ਲੋੜ ਹੀ ਨਹੀਂ, ਮਾਵਾਂ ਭੈਣਾਂ ਨੂੰ ਦੱਸਣ ਦਾ ਜਮ੍ਹਾਂ ਹੀ ਲੋੜ ਨਹੀਂ, ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਵੀ ਭਾਲ ਲੈਂਦੀ, ਹਨੇਰੇ 'ਚ ਕਿੱਥੇ ਜੇ ਪਿਆ, ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਜੇ ਸ਼ਾਮ ਨੂੰ ਵੀ ਭਾਲ ਲੈਂਦੀ ਕਿੱਥੇ ਜੇ ਪਿਆ, ਕਰਦਾ ਸਫਾਈ ਹੋਈ ਆ ਉਹ ਸਵੇਰੇ ਵੀ ਅਤੇ ਸ਼ਾਮ ਨੂੰ ਵੀ। ਸੋ ਫਿਰ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ, ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ। ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ, ਪੰਜਾਬ ਔਰ ਦਿੱਲੀ ਮੇਂ ਆਪਨੇ ਬੀਜੇਪੀ ਕੀ ਆਂਧੀ ਕੋ ਕੈਸੇ ਰੋਕਾ, ਮੈਂ ਇਹ 'ਚ ਕਿਹੜੀ ਵੱਡੀ ਗੱਲ ਹੈ, ਮੈਂ ਕਹਾਂ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ, ਕਹਿੰਦੇ ਕਮਲ ਦਾ ਫੁੱਲ, ਮੈਂ ਸਾਡਾ ਕੀ ਹੈ, ਕਹਿੰਦੇ ਝਾੜੂ, ਮੈਂ ਕਮਲ ਦਾ ਫੁੱਲ ਕਿੱਥੇ ਉੱਗਦਾ, ਕਹਿੰਦੀ ਚਿੱਕੜ 'ਚ, ਮੈਂ ਝਾੜੂ ਕੀ ਕੰਮ ਕਰਦਾ, ਕਹਿੰਦੀ ਚਿੱਕੜ ਦੀ ਸਫਾਈ, ਮੈਂ ਕਹਿੰਦੀ ਝਾੜੂ ਨੇ ਚਿੱਕੜ ਦੀ ਸਫਾਈ ਕਰਤੀ, ਕਮਲ ਦਾ ਫੁੱਲ ਉੱਗੇ ਹੀ ਨਹੀਂ, ਸਫਾਈ ਕਰ ਦਿਉ, ਸਫਾਈ ਕਰ ਦਿਉ, ਉੱਗਣੇ ਹੀ ਨਹੀਂ ਉਹਨੇ,